ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਤੇ ਧੁੰਦ ਦੀ ਚਾਦਰ ਨੇ ਪੰਜਾਬ ਨੂੰ ਪੂਰਾ ਕਵਰ ਕਰ ਲਿਆ ਹੈ ਤੇ ਇਸ ਨੂੰ ਲੈ ਕੇ ਜਿਹੜਾ ਸਰਦ ਦੇ ਉੱਪਰ ਹਾਈ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਹਾਈ ਅਲਰਟ ਹੋ ਗਿਆ ਹੈ ਜਿਸ ਨੂੰ ਲੈ ਕੇ ਬੀਐਸਐਫ ਦੇ ਨਾਲ ਨਾਲ ਪੁਲਿਸ ਪਰਤੇ ਸਿਵਲ ਪ੍ਰਸ਼ਾਸਨ ਜਿਹੜਾ ਮੈਦਾਨ ਵਿੱਚ ਉਤਰਿਆ ਹੈ ਰਾਤ ਦੇ तकरीबन 12 ਵਜੇ ਨੇ ਤੇ 12 ਵਜੇ ਅਸੀਂ ਭਾਰਤ ਪਾਕਿਸਤਾਨ ਕਮਾਂਤਰੀ ਸਰਦ ਤੇ ਮੌਜੂਦ ਆ ਫਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਕਮਾਂਤਰੀ ਸਰਦ ਦੇ ਉੱਪਰ ਜਿਹੜਾ ਡਿਪਟੀ ਕਮਿਸ਼ਨਰ ਮਹਿਰਮ ਸੇਨੂ ਦੁੱਗਲ ਤੇ ਐਸਐਸਪੀ ਮਨਜੀਤ ਸਿੰਘ ਦੇਸੀ ਜੀ ਜਿਹੜਾ ਮੌਕੇ ਤੇ ਪਹੁੰਚੇ ਨੇ ਤੇ ਜਿਹੜਾ ਨਾਕਿਆਂ ਨੂੰ ਜਿਹੜਾ ਚੈੱਕ ਕੀਤਾ ਜਾ ਰਿਹਾ ਹੈ देर रात ਨੂੰ ਜਿਹੜਾ ਪਹੁੰਚਣ ਦਾ ਕਾਰਨ ਕੀ ਹੈ ਗੱਲਬਾਤ ਕਰਨੇ ਆ ਡਿਪਟੀ ਕਮਿਸ਼ਨਰ ਫਾਜ਼ਿਲਕਰ ਨਾਲ ਮੈਨੂੰ ਕੀ ਕਰਨੇ ਕਿ ਰਾਤ ਦੇ 12 ਵਜੇ ਮ ਪ੍ਰਸ਼ਾਸਨ ਨੂੰ ਬਾਹਰ ਨਿਕਲਣਾ ਪਵੇ ਦੇਖੋ ਫਾਜ਼ਿਲਕਾ ਜਿਹੜਾ ਡਿਸਟ੍ਰਿਕਟ ਹੈ ਬਾਰਡਰ ਡਿਸਟ੍ਰਿਕਟ ਹੈ ਸਭ ਨੂੰ ਪਤਾ ਹੈ ਇੱਥੇ ਇਸ ਟਾਈਮ ਫੌਗ ਕਰਕੇ ਜਿਹੜੀ ਚੌਕਸੀ ਜ਼ਿਆਦਾ ਰਹਿਣ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਸਾਨੂੰ ਪੰਜਾਬ ਸਰਕਾਰ ਦੀ ਹਦਾਇਤਾਂ ਸੀਐਮ ਸਾਹਿਬ ਦੀਆਂ ਹਦਾਇਤਾਂ ਨੇ ਇਸ ਕਰਕੇ ਅਸੀਂ ਉਹਨੂੰ ਆਪਣੇ ਜਿਹੜੇ ਜਵਾਨਸ ਇੱਥੇ ਡਿਊਟੀ ਦੇ ਰਹੇ ਉਹਨਾਂ ਨੂੰ ਚੈੱਕ ਕਰਨ ਔਰ ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਦੀ ਅਸੀਂ ਆਏ ਹਾਂ ਅਸੀਂ ਕਿਉਂਕਿ ਆਪਣੇ ਦਫ਼ਤਰਾਂ ਚ ਬੈਠ ਕੇ ਤਾਂ ਮੀਟਿੰਗ ਕਰਦੇ ਆ ਤਾਂ ਕਈ ਵਾਰ ਗਰਾਊਂਡ ਜ਼ੀਰੋ ਤੇ ਜਾ ਕੇ ਵੀ ਸਾਨੂੰ ਦੇਖਣਾ ਸਾਡਾ ਫਰਜ਼ ਬੰਦਾ ਹੈ ਤੇ ਅਸੀਂ اسی ਮਕਸਦ ਨਾਲ ਅੱਜ ਸਾਰੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਔਰ ਬੀਐਸਐਫ ਦੇ ਕਮਾਂਡੰਟ ਸਾਹਿਬ ਸਾਰੇ ਇਕੱਠੇ ਆਏ ਆ ਜੀ ਫੋਗ ਇੱਕ ਵੱਡੀ ਚੁਣੌਤੀ ਵੇਖਣ ਨੂੰ ਮਿਲ ਰਹੀ ਕਿਉਂਕਿ ਠੰਡ ਦਾ ਮੌਸਮ ਹੈ ਫੋਗ ਬਹੁਤ ਹੈ ਤੇ ਤਸਕਰਾਂ ਦੀ ਵੀ ਨਜ਼ਰ ਜਿਹੜੀ ਹੈ ਇਸ ਫੋਗ ਦੇ ਸੀਜ਼ਨ ਨੂੰ ਦੇਖਦੇ ਵੇਖੀ ਜਾਂਦੀ ਹੈ ਤੇ ਤਸਕਰੀ ਜਿਹੜੀ ਹੈ ਇਸ ਇਲਾਕੇ ਦੇ ਅੰਦਰ ਜਿਹੜੀ ਵੱਜ ਜਾਂਦੀ ਹੈ ਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੌਕਸੀ ਹੈ ਤੇ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਨੇ ਸਾਡੀ ਰੈਗੂਲਰ ਐਨਕਾਡਿਆ ਮੀਟਿੰਗਸ ਹੁੰਦੀ ਹੈ ਮੀਟਿੰਗਸ ਸ ਹਮੇਸ਼ਾ ਅਸੀਂ ਜੋ ਵੀ ਬੀਐਸਐਫ ਨੂੰ ਕਿਸੇ ਤਰ੍ਹਾਂ ਦੀ ਵੀ ਸਾਡੇ ਨਾਲ ਸਾਡੀ ਕੋਆਰਡੀਨੇਸ਼ਨ ਦੀ ਲੋੜ ਹੁੰਦੀ ਹੈ ਪੁਲਿਸ ਕੋਆਰਡੀਨੇਸ਼ਨ ਦੀ ਲੋੜ ਹੁੰਦੀ ਹੈ ਸਾਡੀ ਸਮਗਲਿੰਗ ਅਸੀਂ ਬਿਲਕੁਲ ਕੱਟ ਕਰ ਸਕੀਏ ਨਾ ਕਰ ਸਕੀਏ ਕਿ ਕਿਸ ਤਰ੍ਹਾਂ ਪਕੜਿਆ ਜਾ ਸਕਦੀ ਹੈ ਤੇ ਉਹ ਹਮੇਸ਼ਾ ਸਾਡੀਆਂ ਚੁਣੌਤੀਆਂ ਹਮੇਸ਼ਾ ਸਾਡੇ ਸਾਹਮਣੇ ਦਿੰਦੀ ਹੈ ਜਿਹਦੀ ਅਸੀਂ ਰੈਗੂਲਰ ਮੀਟਿੰਗ ਕਰਦੇ ਹਾਂ ਹਰ ਮੈਕਮਨਲ ਮੀਟਿੰਗ ਕਰਦੇ ਹਾਂ ਡਰਗ ਇਨਸਪੈਕਟਰਸ ਨੂੰ ਵੀ ਕਰਨੇ ਹੈ ਚੈਕਿੰਗ ਵੈਸੇ ਵੀ ਕਰਦੇ ਹਾਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਨਸ਼ਾ ਜਿਹੜਾ ਹੈ ਪੰਜਾਬ ਚੋਂ ਖਤਮ ਕਰ ਸਕੀਏ ਤੇ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਜੀ ਅੱਜ ਦੀ ਗੱਲ ਕਰ ਲਈ ਤਾਂ ਕਿਹੜਾ ਕਿਹੜਾ ਇਲਾਕਾ ਜਿਹੜਾ ਅੱਜ ਚੈੱਕ ਕੀਤਾ ਗਿਆ ਕਿੱਥੇ ਕਿੱਥੇ ਜਿਹੜੀ ਇਹ ਪ੍ਰਸ਼ਾਸਨ ਪਹੁੰਚਿਆ ਹੈਗਾ ਕਿਉਂਕਿ ਬੀਐਸਐਫ ਦਾ ਦਾਇਰਾ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਵਧਾਇਆ ਗਿਆ ਸੀਗਾ ਉਸ ਦਾ ਕਿੰਨਾ ਕੁ ਫਾਇਦਾ ਜਿਹੜਾ ਆਮ ਸਿਵਲ ਪ੍ਰਸ਼ਾਸਨ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਇਹਦਾ ਮਿਲ ਰਿਹਾ ਲੋਕ ਇਸ ਟਾਈਮ ਅਸੀਂ ਬੀਓਪੀ ਸਵਾਰ ਵਾਲੀ ਤੇ ਹਾਂ ਇੱਥੋਂ ਤਕਰੀਬਨ 500 ਮੀਟਰ ਤੇ ਕਰੀਬ ਬਾਰਡਰ ਹੈਗਾ ਤੇ ਬਿਲਕੁਲ ਬਾਰਡਰ ਤੇ ਹੀ ਖੜੇ ਹਾਂ ਤੇ ਮਤਲਬ ਸਾਡਾ ਸਿਰਫ ਇਹ ਹੀ ਸੀਗਾ कि ਅਸੀਂ ਇਕੱਤੇ ਜਿਹੜੇ ਵੀ ਜਵਾਨ ਉੱਥੇ ਬਾਰਡਰਸ ਤੇ ਖੜੇ ਆ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਮਿਲਿਏ ਖੁਦ ਮਿਲਿਏ ਔਰ ਉਹਨਾਂ ਨੂੰ ਮੋਟੀਵੇਟ ਕਰੀਏ ਦੇਖੋ ਸਾਡੇ ਦੇਸ਼ ਦੇ ਜਵਾਨ ਹਨ ਉਹ ਹਰ ਪਰਿਸਥਿਤੀ ਚ ਇੱਥੇ ਆਪਣੇ ਉਸ ਤੇ ਤਨਾਨਤ ਰਹਿੰਦੇ ਆਪਣੀ ਡਿਊਟੀ ਤੇ ਤਨਾਨਤ ਰਹਿੰਦੇ ਪਰਸੋ ਵੀ ਇੱਥੇ ਇੱਕ ਰਿਕਵਰੀ ਹੋਈ ਹੈ ਇਸੇ ਕਰਕੇ ਅਸੀਂ ਇੱਥੇ ਆਏ ਹਾਂ ਸੋ ਦੈਟ ਉਹ ਜ਼ਿਆਦਾ ਮੁਸਤੈਦੀ ਨਾਲ ਕੰਮ ਕਰਨ ਔਰ ਹਮੇਸ਼ਾ ਅਲਰਟ ਰਹਿਣ ਇਹ ਜ਼ਿਲ੍ਹਾ ਸਿਲ ਕੀਤਾ ਗਿਆ ਸਰਦਦਾ ਤਾਂ ਜੋ ਰੈਗੂਲਰ ਹੈ ਉਹ ਹੀ ਸੀਲਾ ਕੋਈ ਖਾਸ ਉਹਦੇ ਚ ਅਸੀਂ ਜੇ ਤੁਸੀਂ ਕਹੋ ਕਿ ਅੱਜ ਸਪੈਸ਼ਲ ਕੀਤਾ ਹੈ ਉਹ ਨਹੀਂ ਹੈ ਇਰੈਗੂਲਰ ਸਾਡੀ ਹੈ ਡ੍ਰਿਲ ਔਰ ਸਾਡੀ ਰੈਗੂਲਰ ਡ੍ਰਿਲ ਹੁੰਦੀ ਹੈ ਕਿ ਅਸੀਂ ਸਾਰੀਆਂ ਮੀਟਿੰਗਸ ਵਗੈਰਾ ਕਰਕੇ ਜੋ ਵੀ ਆਪਣੀਆਂ ਇਨਸਟਰਕਸ਼ਨਸ ਹੁੰਦੇ ਹਨ ਉਹਨਾਂ ਨੂੰ ਦਿੰਦੇ ਹਾਂ ਰੈਗੂਲਰ ਦੇਖੋ ਜੀ ਇਦਾਂ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਜਿਹੜੀਆਂ ਸਖਤ ਹਦਾਇਤਾਂ ਹੈਗੀਆਂ ਨਸ਼ਿਆਂ ਦੇ ਉਲਟ ਜਿਹੜਾ ਸਾਡਾ ਜਿਹੜਾ ਹੈਗਾ ਲਗਾਤਾਰ ਜਿਹੜਾ ਡਰਾਈਵ ਚੱਲ ਰਹੀ ਹੈ ਸੋ ਸਾਡਾ ਬੀਇੰਗ ਅ ਬਾਰਡਰ ਡਿਸਟ੍ਰਿਕਟ ਫਾਜ਼ਲਕਾ ਔਰ ਇੱਥੇ ਅਸੀਂ ਬੀਐਸਐਫ ਦੇ ਨਾਲ ਜੁਆਇੰਟ ਵਿਜ਼ਿਟਸ ਕਰਦੇ ਰਹਿੰਨੇ ਆ ਅੱਜ ਸਾਡੇ ਡੀਸੀ ਸਾਹਿਬ ਨੇ ਵੀ ਅੱਜ ਇਦਾਂ ਅਸੀਂ ਇਕੱਠਿਆਂ ਨੇ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਤਾਂ ਬੀਐਸਐਫ ਅਲੋਂਗ ਅਸੀਂ ਸਾਰੇ ਨੇ ਬਾਰਡਰ ਤੇ ਅੱਜ ਰਾਤੀ ਜਿਹੜੀ ਹੈਗੀ ਹੈ ਡਿਊਟੀਆਂ ਨੂੰ ਚੈੱਕ ਕੀਤਾ ਹੈਗਾ ਸਾਡੀ ਫੋਰਸ ਦੀ ਤਨਤੀ ਹੈਗੀ ਆ ਇੱਥੇ ਸਾਨੂੰ ਐਕਸਟਰਾ ਫੋਰਸ ਮਿਲੀ ਆ ਸਪੈਸ਼ਲੀ ਜਿਹੜਾ ਦੇਖਦੇ ਹੋਏ ਅੱਜਕੱਲ ਜਿਹੜਾ ਇਸ ਵੇਲੇ ਫੌਗੀ ਵੈਦਰ ਹੈਗਾ ਆ ਕਾਫੀ ਜਿਆਦਾ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਹੁਤ ਘਟਿਆ ਔਰ ਇਹਨਾਂ ਦੇ ਦੇ ਵਿੱਚ ਕਾਫੀ ਜਿਆਦਾ ਜਿਹੜੀ ਡਰੋਨ ਦੀ ਮੂਵਮੈਂਟ ਹੁੰਦੀ ਆ ਔਰ ਡਰੱਗਸ ਦਾ ਜਿਹੜੀ ਹੈਗੀ ਆ ਟਰਾਂਸ ਬਾਰਡਰ ਜਿਹੜੀ ਹੈਗੀ ਆ ਇਸ ਵੇਲੇ ਨੈਟਵਰਕ ਕਾਫੀ ਜਿਆਦਾ ਵਨਰੇਬਲ ਹੈਗਾ ਸਾਡੇ ਲਈ ਸੋ ਇਹਦੇ ਸਬੰਧ ਵਿੱਚ ਰਾਤੀ ਅਸੀਂ ਅੱਜ ਡਿਊਟੀਆਂ ਵਗੈਰਾ ਸਾਰੀ ਫੋਰਸ ਨੂੰ ਦੇਖਣ ਆਏ ਆ ਚੈਕਿੰਗ ਕਰਨਾ ਆ ਇੱਥੇ ਬੀਓਪੀ ਹੈਗੀ ਇੱਥੇ ਸਵਾਰ ਵਾਲਾ ਤੋਂ ਇੱਥੇ ਅੱਜ ਅਸੀਂ ਇੱਥੋਂ ਲੰਘ ਰਹੇ ਹੈਗੇ ਆ ਅੱਗੇ ਸਾਡੇ ਨਾਕੇ ਸਾਰੇ ਲੱਗੇ ਆ ਬਾਰਡਰ ਪੈਟਰੋਲ ਸਾਡੇ ਵੀਕਲ ਹੈਗੇ ਆ ਜੁਆਇੰਟ ਬੀਐਸਐਫ ਦੇ ਨਾਲ ਪੈਟਰੋਲਿੰਗ ਔਰ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੇ ਆ ਸਵੇਰੇ ਵੀ ਦਿਨ ਦੇ ਟਾਈਮ ਵੀ ਔਰ ਰਾਤ ਨੂੰ ਵੀ ਤਕਰੀਬਨ 150 ਬੰਦਾ ਸਾਡਾ ਪੁਲਿਸ ਦਾ ਐਸ ਵੇਲੇ ਰਾਤ ਨੂੰ ਔਰ ਦਿਨੇ ਵੱਖਰੇ ਵੱਖਰੀਆਂ ਡਿਊਟੀਆਂ ਚ ਇਨਵੋਲਵ ਹੈਗਾ ਅੱਜ ਵੀ ਜਿੱਦਾਂ ਕਿ ਸਾਡੇ ਬੀਓਪੀ ਦੇ ਕੋਲ ਹੀ ਉਥੇ ਸਦਰ ਜਲਾਲਾਬਾਦ ਦੇ ਵਿੱਚ ਦੋ ਵੱਖਰੇ ਵੱਖਰੇ ਲੋਕੇਸ਼ਨਸ ਤੋਂ 6 ਕੇਜੀ ਹੀਰੋਇਨ ਜਿਹੜੀ ਹੈਗੀ ਆ ਉਹਦੀ ਰਿਕਵਰੀ ਹੋਈ ਆ ਸੋ ਐਸ ਅਸਪੈਕਟਡ ਡਰੋਨ ਡਰਾਪਿੰਗ ਸੀਗੀ ਸੋ ਇਹਦੇ ਲਈ ਲਗਾਤਾਰ ਜਿਹੜੇ ਹੈਗੇ ਪ੍ਰਯਾਸ ਚੱਲ ਰਹੇ ਆ ਤਾਂਕਿ ਇਹ ਨਾ ਦਿਨਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਇਹਨੂੰ ਦਬਿਸ਼ ਬਣਾ ਸਕੀਏ ਔਰ ਪ੍ਰੋਪਰ ਤਰੀਕੇ ਨਾਲ ਜਿਹੜੀ ਹੈਗੀ ਆ ਸਮਗਲਸ ਦੇ ਉਲਟ ਕਾਰਵਾਈ ਕਰ ਸਕੀਏ